ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਸੰਦੀਪ ਸ਼ਰਮਾ। ਹਿੰਦੁਸਤਾਨ ਦੇ ਜਿਹੜੇ ਰੇਲਵੇ ਸਟੇਸ਼ਨ ਆ ਹੁਣ ਅਪਗ੍ਰੇਡ ਹੋਣੇ ਸ਼ੁਰੂ ਹੋ ਜਾਗੇ। ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਜਿੱਥੇ ਬਾਕੀ ਸਟੇਟਾਂ ਦੇ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਹੇ ਆ, ਉੱਥੇ ਹੀ ਪੰਜਾਬ ਦਾ ਲੁਧਿਆਣਾ ਰੇਲਵੇ ਸਟੇਸ਼ਨ ਵੀ ਹੁਣ ਅਪਗ੍ਰੇਡ ਹੋਣਾ ਸ਼ੁਰੂ ਹੋ ਚੁੱਕੇ, ਯਾਨੀ ਕਿ ਇਸ ਦੀ ਜਿਹੜੀ ਸ਼ੁਰੂਆਤ ਹੈ ਹੁਣ ਸ਼ੁਰੂ ਹੋ ਚੁੱਕੀ ਆ। ਤਕਰੀਬਨ 500 ਕਰੋੜ ਦੀ ਲਾਗਤ ਨਾਲ ਹੁਣ ਲੁਧਿਆਣਾ ਦਾ ਇਸ ਰੇਲਵੇ ਸਟੇਸ਼ਨ ਦਾ ਹੁਣ ਨਵੀਂਕਰਨ, ਯਾਨੀ ਕਿ ਹੁਣ ਇਹਨੂੰ ਅਪਗ੍ਰੇਡ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਜਿਹੜਾ ਹੁਣ ਜਿਹੜਾ ਰੇਲਵੇ ਸਟੇਸ਼ਨ ਇਹ ਬਣੇਗਾ ਹੁਣ, ਇਹ ਤਕਰੀਬਨ 500 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਹੋ ਰਿਹਾ। ਔਰ ਤਕਰੀਬਨ ਤੁਹਾਨੂੰ ਦੱਸ ਦਈਏ ਜਿਹੜੀ ਹੁਣ ਜਿਹੜੀ ਇਹਦੀ ਕਾਇਆਕਲਪ ਹੋਊਗੀ, ਜਿਹੜੇ ਆਮ ਜਿਹੜੇ ਏਅਰਪੋਰਟ ਹੁੰਦੇ ਆ ਉਸ ਤੋਂ ਵੀ ਵਧੀਆ ਲੁਧਿਆਣਾ ਦਾ ਇਹ ਰੇਲਵੇ ਸਟੇਸ਼ਨ ਬਣੇਗਾ, ਜਿਸ ਦਾ ਹੁਣ ਜਿਹੜੀ ਕੰਮ ਹੈ ਉਹ ਸ਼ੁਰੂ ਹੋ ਚੁੱਕਾ ਹੈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੀ। ਜਿਹੜਾ ਤੁਸੀਂ ਇਹ ਤਸਵੀਰਾਂ 'ਤੇ ਦੇਖ ਰਹੇ ਹੋ, ਜਿਹੜਾ ਇਹ ਐਂਟਰਸ ਹੈਗੀ ਰੇਲਵੇ ਸਟੇਸ਼ਨ ਦੀ ਹੈ, ਇਹ ਹੁਣ ਬੰਦ ਕਰ ਦਿੱਤੀ ਗਈ ਹੈ। ਇੱਥੇ ਹੁਣ ਤੁਹਾਨੂੰ ਕੋਈ ਵੀ ਪਲੇਟਫਾਰਮ ਜਾਂ ਤੁਹਾਨੂੰ ਹੋਰ ਕੋਈ ਸੁਵਿਧਾ ਇੱਥੇ ਨਹੀਂ ਮਿਲੇਗੀ। ਇਸ ਨੂੰ ਹੁਣ ਇੱਥੇ ਸਥਾਨਿਤ ਕੀਤਾ ਜਾ ਰਿਹਾ, ਜਿਹੜੀ ਇਸ ਜਗ੍ਹਾ ਤੋਂ ਹੁਣ ਬਦਲ ਕੇ ਤੁਹਾਨੂੰ ਪਰਲੀ ਸਾਈਡ 'ਤੇ ਜਗ੍ਹਾ ਹੋਊਗੀ। ਇਹ ਤੁਹਾਨੂੰ ਪਰਲੀ ਤਸਵੀਰ ਦਿਖਾ ਰਹੇ ਹਾਂ, ਜਿਹੜੀ ਉਹ ਉੱਥੋਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ। ਹੁਣ ਇਸ ਜਗ੍ਹਾ ਤੋਂ ਲੋਕ ਆਉਣਗੇ ਔਰ ਐਂਟਰਸ ਇੱਥੇ ਹੋਣਗੀ, ਜਿਹੜੀਆਂ ਪੈਡਸਲ ਸਟੇਰੇ ਬਣੀਆਂ ਹੋਈਆਂ, ਜਿਹੜੀਆਂ ਪੌੜੀਆਂ ਬਣੀਆਂ, ਇੱਥੋਂ ਜਾਣਗੇ ਸਿੱਧੀ ਬਾਹਰ। ਲੇਕਿਨ ਜਿਹੜਾ ਇਹ ਰਸਤਾ ਹੈਗਾ ਇਹਨੂੰ ਬੰਦ ਕਰ ਦਿੱਤਾ ਜਾਏਗਾ ਰੇਲਵੇ ਵਿਭਾਗ ਦਾ, ਕਿਉਂਕਿ ਹੁਣ ਇਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ। ਤਕਰੀਬਨ 500 ਕਰੋੜ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਦਾ ਹੁਣ ਕਾਇਆ ਕਲਪ ਹੋਣੀ ਜਾ ਰਹੀ ਹੈ। ਏਅਰਪੋਰਟ ਤੋਂ ਵੀ ਵਧੀਆ ਲੁਧਿਆਣਾ ਦਾ ਇਹ ਰੇਲਵੇ ਸਟੇਸ਼ਨ ਬਣੇਗਾ ਔਰ ਤਕਰੀਬਨ 30 ਮਹੀਨੇ ਦੀ ਜਿਹੜੀ ਮਿਆਦ ਸੀ, ਉਸ 30 ਮਹੀਨੇ ਦੀ ਮਿਆਦ ਦੇ ਵਿੱਚ ਇਸ ਰੇਲਵੇ ਸਟੇਸ਼ਨ ਨੂੰ ਸੁੰਦਰ ਬਣਾਇਆ ਜਾ ਰਿਹਾ। ਜਿਹੜਾ ਕੋਈ ਵੀ ਤੁਸੀਂ ਏਅਰਪੋਰਟ ਦੇਖਦੇ ਹੋ ਉਸ ਤੋਂ ਵੀ ਵਧੀਆ ਇਸ ਰੇਲਵੇ ਸਟੇਸ਼ਨ ਨੂੰ ਬਣਾ ਦਿੱਤਾ ਜਾਵੇਗਾ। ਅਤੇ ਤੁਹਾਨੂੰ ਦੱਸ ਦਿੰਦੇ, ਜਿਹੜਾ ਇਹ ਪਲੇਟਫਾਰਮ ਤੁਸੀਂ ਹੁਣ ਦੇਖ ਰਹੇ ਹੋ, ਤੁਹਾਨੂੰ ਆਉਣ ਵਾਲੇ ਸਮੇਂ ਤੁਹਾਨੂੰ ਇਹ ਪਲੇਟਫਾਰਮ ਨਹੀਂ ਦੇਖਣ ਨੂੰ ਮਿਲੇਗਾ, ਕਿਉਂਕਿ ਇਹ ਪਲੇਟਫਾਰਮ ਹੁਣ ਇੱਕ ਤਾਂ ਇਹਦੀ ਚੌੜਾਈ ਜ਼ਿਆਦਾ ਹੋਣਗੀ, ਉਸ ਤੋਂ ਇਲਾਵਾ ਇਹਨੂੰ ਵਧੀਆ ਤਰੀਕੇ ਨਾਲ ਬਣਾ ਦਿੱਤਾ ਜਾਵੇਗਾ। ਸੋ ਲੁਧਿਆਣਾ ਰੇਲਵੇ ਸਟੇਸ਼ਨ ਜਿਹੜਾ ਰੇਲਵੇ ਸਟੇਸ਼ਨ ਹੈ ਹੁਣ ਉਸਨੂੰ ਅਪਗ੍ਰੇਡ ਕੀਤਾ ਜਾ ਰਿਹਾ। ਕੰਮ ਜਿਹੜੀ ਸ਼ੁਰੂਆਤ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਤਕਰੀਬਨ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਰੇਲਵੇ ਸਟੇਸ਼ਨ ਦੀਆਂ, ਇਹ ਸਾਰਾ ਕੁਝ ਹੁਣ ਚੇਂਜ ਹੋ ਜਾਊਗਾ। ਇੱਥੇ ਇੱਕ ਇੰਤਜ਼ਾਰ ਜਿਹੜਾ ਯਾਤਰੀਆਂ ਵਾਸਤੇ ਜਿਹੜਾ ਪ੍ਰਤੀਕਸ਼ਾ ਯਾਨੀ ਇੰਤਜ਼ਾਰ ਵਾਸਤੇ ਲੋਕ ਬੈਠੇ ਹੁੰਦੇ, ਯਾਤਰੀ ਬੈਠੇ ਹੁੰਦੇ ਆ, ਇੱਥੇ ਹੁਣ ਨਹੀਂ ਬੈਠਣਗੇ। ਇਹਨੂੰ ਉੱਥੇ ਹੁਣ ਬਦਲ ਕੇ ਇਸੇ ਸਟੇਸ਼ਨ ਦੇ ਪਿੱਛੇ ਇੱਕ ਜਗ੍ਹਾ ਹੈਗੀ ਆ RMS, ਯਾਨੀ ਕਿ ਰੇਲਵੇ ਮੇਲ ਸਰਵਿਸ, ਯਾਨੀ ਡਾਕਘਰ ਹੁੰਦਾ ਆ, ਉਸਦੇ ਉੱਪਰ ਉਹਦੀ ਐਂਟਰਸ ਹੁੰਦੀ ਹੈ। ਯਾਨੀ ਕਿ ਹੁਣ 1 ਨੰਬਰ ਜਿਹੜਾ ਗੇਟ ਦੀ ਐਂਟਰੀ ਤਕਰੀਬਨ ਬੰਦ ਕਰ ਦਿੱਤੀ ਗਈ ਹੈ, ਜਿਹੜੀ ਐਂਟਰੀ ਹੋਊਗੀ ਹੁਣ ਲੁਧਿਆਣਾ ਰੇਲਵੇ ਸਟੇਸ਼ਨ ਦੇ RMS ਆਫਿਸ, ਰੇਲਵੇ ਸਟੇਸ਼ਨ ਜਗਰਾਉਂ ਪੁਲ ਦੇ ਕੋਲ ਨਜ਼ਦੀਕ ਏਰੀਆ ਪੈਂਦਾ ਹੈਗਾ। ਜਦੋਂ ਆਪਾਂ ਨੀਚੇ ਉਤਰਦੇ ਤਾਂ ਉੱਥੋਂ ਉਹਦੀ ਐਂਟਰਸ ਹੋਊਗੀ, ਤੋ ਜਿਹੜੇ ਦੋ ਪਾਸੇ ਜਿਹੜੀ ਐਂਟਰਸ ਰੱਖੀ ਗਈ ਆ, ਇੱਕ ਜਗਰਾਉਂ ਪੁਲ ਦੇ ਨੀਚੇ ਆਉਂਦੇ ਰੇਲਵੇ ਮਾਲ ਗੋਦਾਮ, ਸੋਰੀ ਰੇਲਵੇ ਮੇਲ ਸਰਵਿਸ ਜਿਹੜੀ RMS ਆਫਿਸ ਵੱਲੋਂ। ਦੂਜੀ ਜਿਹੜੀ ਐਂਟਰਸ ਹੁੰਦੀ ਹੈ ਬਾਹਰ ਨਿਕਲਣ ਵਾਸਤੇ ਵੀ, ਜਾਂ ਐਂਟਰਸ ਹੀ ਖੁਦ ਦੂਸਰੀ ਐਂਟਰ ਹੈ, ਉਹ ਹੈਗੀ ਲੁਧਿਆਣਾ ਦਾ ਜਿਹੜਾ ਰੇਲਵੇ ਸਟੇਸ਼ਨ ਦਾ ਮਾਲ ਗੋਦਾਮ ਹੈ, ਯਾਨੀ GRP ਸਟੇਸ਼ਨ ਦੇ ਬਿਲਕੁਲ ਸਾਹਮਣੇ ਏਰੀਆ, ਉੱਥੋਂ ਐਂਟਰਸ ਹੋਊਗੀ ਔਰ ਉੱਥੇ ਹੀ ਲੋਕ ਬਾਹਰ ਜਾ ਸਕਦੇ ਹੈ। ਜਿਹੜਾ ਇਹ ਸਾਰਾ ਏਰੀਆ ਹੋਊਗਾ ਇਹ ਸਾਰਾ ਨਵੀਂਕਰਨ ਕੀਤਾ ਜਾਊਗਾ, ਇਹਨੂੰ ਅਪਗ੍ਰੇਡ ਕੀਤਾ ਜਾ ਰਿਹਾ, ਇਹ ਸਭ ਕੁਝ ਬੰਦ ਕੀਤਾ ਕਰ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਿੱਛੇ, ਜਿਹੜਾ ਪਹਿਲਾਂ ਇਨਕੁਆਇਰੀ ਆਫਿਸ ਹੁੰਦਾ ਸੀ ਤਕਰੀਬਨ ਬੰਦ ਕਰ ਦਿੱਤਾ ਗਿਆ, ਅਤੇ ਹੁਣ ਇਹਨੂੰ ਸਾਰਾ ਇੱਥੋਂ ਸਥਾਨਿਤ ਕੀਤਾ ਜਾਂਦਾ, ਯਾਨੀ ਇਹਨੂੰ ਬਦਲ ਕੇ ਅਗਲੀ ਜਗ੍ਹਾ 'ਤੇ ਲੈ ਕੇ ਜਾ ਰਹੇ ਹੈਗੇ ਆ। ਔਰ 500 ਕਰੋੜ ਦੀ ਲਾਗਤ ਨਾਲ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੁਣ ਏਅਰਪੋਰਟ ਤੋਂ ਵੀ ਵਧੀਆ ਬਣਨ ਜਾ ਰਿਹਾ, ਯਾਨੀ ਕਿ ਤੁਹਾਨੂੰ ਇੱਥੇ ਸਟੇਸ਼ਨ 'ਤੇ ਹਰ ਉਹ ਚੀਜ਼ ਮਿਲੇਗੀ ਜਿਹੜੀ ਤੁਸੀਂ ਸੋਚ ਸਕਦੇ ਹੋ। ਤੁਹਾਨੂੰ ਹਰ ਚੀਜ਼ ਰਹਿਣ ਵਾਸਤੇ ਰੂਮ, ਜਾਂ ਇੱਥੇ ਤੁਹਾਨੂੰ ਦੱਸਦੀ ਖੋਲ ਜਿਹੜੀ ਰੇਲਵੇ ਸਟੇਸ਼ਨ, ਕਿੱਥੇ ਹੋਸਪਿਟਲ ਵੀ ਬਣੂਗਾ ਇਹਦੇ ਅੰਦਰ ਹੀ, ਯਾਨੀ ਕਿ ਜਿਹੜਾ ਕਿਸੇ ਯਾਤਰੀ ਨੂੰ ਕੋਈ ਕਿਤਾਂ ਦੀ ਇੱਦਾਂ ਦੀ ਕੋਈ ਦਿੱਕਤ ਆਉਂਦੀ ਹੈ ਜਾਂ ਹੈਲਥ ਵੱਲ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਇਮੀਜੀਏਟਲੀ ਇਸੇ ਸਟੇਸ਼ਨ ਦੇ ਉੱਪਰ ਇੱਕ ਵਧੀਆ ਜਿਹੜਾ ਅੱਜ ਕੱਲ੍ਹ ਦਾ ਜਿਹੜੇ ਆਧੁਨਿਕ ਤਕਨੀਕ ਦਾ ਜਿਹੜਾ ਹੋਸਪਿਟਲ ਵੀ, ਉਹ ਵੀ ਇਸ ਰੇਲਵੇ ਸਟੇਸ਼ਨ ਦੇ ਅੰਦਰ ਬਣੇਗਾ। ਸੋ 500 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਉਹ ਸ਼ੁਰੂ ਹੋ ਚੁੱਕਾ ਹੈ, 40 ਮਹੀਨੇ ਦੇ ਅੰਦਰ ਇਹ ਪ੍ਰੋਜੈਕਟ ਮਹੀਨੇ ਦੀ ਮਿਆਦ ਹੈਗੀ ਉਹਨੂੰ ਪੂਰਾ ਕੀਤਾ ਜਾਵੇਗਾ। ਔਰ ਜਿਹੜਾ ਇਹ ਜਗ੍ਹਾ ਹੈਗੀ ਤੁਸੀਂ ਇਸ ਟਾਈਮ ਦੇਖ ਸਕਦੇ ਹੋ, ਇਹਨੂੰ ਬਿਲਕੁਲ ਇਹਨੂੰ ਬਦਲ ਜਾਵੇਗਾ। ਜਿਹੜਾ ਤੁਸੀਂ ਆਮ ਵਿਦੇਸ਼ਾਂ 'ਚ ਏਅਰਪੋਰਟ ਦੇਖਦੇ ਹੋ ਉਸ ਤੋਂ ਵੀ ਵਧੀਆ ਇਸ ਨੂੰ ਬਣਾ ਦਿੱਤਾ ਜਾਵੇਗਾ, ਕਿਉਂਕਿ ਆਮ ਲੋਕਾਂ ਦੀ ਧਾਰਨਾ ਬੜੀ ਸੀ ਵੀ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਗੰਦਗੀ ਦਾ ਆਲਮ ਰਹਿੰਦਾ ਸੀ ਅਤੇ ਸ਼ਿਕਾਇਤਾਂ ਮਿਲਦੀਆਂ ਸੀ,
ਤੇ ਹੁਣ ਲੁਧਿਆਣਾ ਵਾਸੀਆਂ ਨੂੰ ਵੀ ਇਸ ਰੇਲਵੇ ਸਟੇਸ਼ਨ ਤੋਂ ਉਸ ਗੰਦਗੀ ਤੋਂ ਨਿਜ਼ਾਤ ਮਿਲ ਗਈ ਅਤੇ ਇੱਕ ਵਧੀਆ ਜਿਹੜਾ ਰੇਲਵੇ ਸਟੇਸ਼ਨ ਉਹਨਾਂ ਨੂੰ ਦੇਖਣ ਨੂੰ ਆਉਣ ਵਾਲੇ ਸਮੇਂ 'ਚ ਮਿਲੇਗਾ। ਉਹ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਜਿਹੜਾ ਇੱਥੋਂ ਜਿਹੜੀਆਂ ਗੱਡੀਆਂ ਨੇ ਕੁਛ ਜਿਹੜਾ ਜਦੋਂ ਇਹ ਤਿਆਰ ਹੋਊਗਾ ਇਹਦੀ ਤਿਆਰੀ ਚੱਲਦੀਆਂ ਪਈਆਂ ਅਤੇ ਇਸ ਤੋਂ ਕੁਛ ਟ੍ਰੇਨਾਂ ਨੂੰ ਪ੍ਰਭਾਵਿਤ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਦੇ ਜਿਹੜੀ ਕੁਛ ਟ੍ਰੇਨਾਂ ਹੈਗੀਆਂ ਉਹ ਲੁਧਿਆਣਾ ਦੇ ਹੀ ਢੰਡਾਰੀ ਰੇਲਵੇ ਸਟੇਸ਼ਨ ਪੈਂਦਾ ਇੱਥੋਂ ਤਕਰੀਬਨ 3-5 ਕਿਲੋਮੀਟਰ ਪੈਂਦਾ ਇੱਥੋਂ ਔਰ ਉਸ ਦੇ ਉੱਪਰ ਕੁਛ ਟ੍ਰੇਨਾਂ ਨੂੰ ਉੱਥੇ ਖੜ੍ਹੇ ਕੀਤਾ ਜਾਵੇਗਾ ਅਤੇ ਕੁਛ ਟ੍ਰੇਨਾਂ ਨੂੰ ਉੱਥੇ ਰੱਦ ਵੀ ਕੀਤਾ ਗਿਆ ਔਰ ਰੱਦ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ। ਉਹ ਟ੍ਰੇਨਾਂ ਜਿਹੜੀਆਂ ਹੈਗੀਆਂ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਹਿਮਗਿਰੀ ਐਕਸਪ੍ਰੈਸ ਹੈਗੀ ਹੈ ਔਰ ਇਸ ਦੇ ਨਾਲ ਜਿਹੜਾ ਅੰਮ੍ਰਿਤਪਾਲੀ ਐਕਸਪ੍ਰੈਸ ਹੈਗੀ ਹੈ ਔਰ ਜਨ ਸਧਾਰਨ ਐਕਸਪ੍ਰੈਸ ਹੈਗੀ ਹੈ ਔਰ ਸ਼ਹੀਦ ਐਕਸਪ੍ਰੈਸ, ਅਰਚਨਾ ਐਕਸਪ੍ਰੈਸ, ਸਰਯੂ ਯਮੁਨਾ ਨਦੀਆਂ ਅਤੇ ਹੋਰ ਕੁਛ ਜਿਹੜੀਆਂ ਟ੍ਰੇਨਾਂ ਹੋਣਗੀਆਂ ਜਿਹੜੀਆਂ ਬਿਹਾਰ ਯੂਪੀ ਤੋਂ ਆਉਂਦੀਆਂ ਉਹਨਾਂ ਨੂੰ ਕੁਛ ਸਮੇਂ ਵਾਸਤੇ ਸਥਗਿਤ ਕੀਤਾ ਜਾਵੇਗਾ, ਯਾਨੀ ਕਿ ਰੋਕ ਦਿੱਤਾ ਜਾਵੇਗਾ, ਉਹ ਚੱਲਣਗੀਆਂ ਨਹੀਂ। ਕੁਛ ਜਿਹੜੀ ਟ੍ਰੇਨਾਂ ਹੈਗੀਆਂ ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ ਨੂੰ ਹੋਰ ਵੱਡਾ ਕਰਕੇ ਉਹਨੂੰ ਵੀ ਉਸ ਜਗ੍ਹਾ 'ਤੇ ਉੱਪਰ ਰੋਕੀ ਜਾਵੇਗੀਆਂ, ਉਹਨੂੰ ਉਸ ਤੋਂ ਵੀ ਜਿਹੜੇ ਯਾਤਰੀ ਉੱਥੋਂ ਆ ਜਾ ਸਕਦੇ, ਯਾਨੀ ਕਿ ਉੱਥੇ ਵੀ ਟ੍ਰੇਨ ਹੁਣ ਰੁਕੂਗੀ। ਤੋ 500 ਕਰੋੜ ਦੀ ਲਾਗਤ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਅਪਗ੍ਰੇਡ ਹੋਣ ਜਾ ਰਿਹਾ ਔਰ ਤਸਵੀਰ ਤੁਸੀਂ ਇਸ ਟਾਈਮ ਦੇਖ ਸਕਦੇ ਹੋ, ਇਹ ਆਉਣ ਵਾਲੇ ਸਮੇਂ ਤੁਹਾਨੂੰ ਇਹ ਤਸਵੀਰਾਂ ਹੁਣ ਦੇਖਣ ਨੂੰ ਮਿਲੇਗੀਆਂ। ਏਅਰਪੋਰਟ ਤੋਂ ਵੀ ਵਧੀਆ ਲੁਧਿਆਣਾ ਦਾ ਰੇਲਵੇ ਸਟੇਸ਼ਨ ਬਣਨ ਜਾ ਰਿਹਾ। ਆਓ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਜਿੱਥੇ ਹੁਣ ਅੜੀ ਜਗ੍ਹਾ 'ਤੇ ਐਂਟਰੀ ਹੋਊਗੀ, ਕਿੱਥੋਂ ਦੀ ਲੋਕ ਪਸੰਦ ਜਿਹੜੇ ਯਾਤਰੀ ਇੱਥੇ ਅੰਦਰ ਆਉਣਗੇ ਤਾਂ ਕਿੱਥੋਂ ਵਾਪਸ ਬਾਹਰ ਜਾਣਗੇ। ਸੋ 40 ਮਹੀਨੇ ਦੇ ਅੰਦਰ ਲੁਧਿਆਣਾ ਦਾ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕੀਤਾ ਜਾ ਰਿਹਾ। ਤਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਰੇਲਵੇ ਸਟੇਸ਼ਨ ਜਿਹੜੀ ਐਂਟਰੀ ਹੋਊਗੀ, ਹੁਣ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ, ਜਿਹੜੀ ਕਿ ਆਹ ਪਹਿਲਾਂ ਐਂਟਰੀ ਹੁਣ ਬੰਦ ਕਰਤੀ ਜਾਵੇਗੀ ਔਰ ਇਸ ਐਂਟਰੀ ਤੋਂ ਬਾਅਦ ਹੁਣ ਇਸ ਆਹ ਜਗ੍ਹਾ ਦੀ RMS ਰੇਲਵੇ ਮੇਲ ਸਰਵਿਸ ਹੈ, ਇਸ ਜਗ੍ਹਾ ਤੋਂ ਹੁਣ ਐਂਟਰੀ ਹਰ ਉਸ ਵਹੀਕਲ ਔਰ ਯਾਤਰੀ ਇਸ ਜਗ੍ਹਾ ਤੋਂ ਐਂਟਰੀ ਹੋਵੇਗੀ। ਜਿੱਥੋਂ ਯਾਤਰੀ ਆਉਣਗੇ ਤਾਂ ਇਸੇ ਜਗ੍ਹਾ 'ਤੇ ਐਂਟਰੀ ਹੋ ਕੇ ਇੱਥੋਂ ਵਾਪਸ ਰੇਲਵੇ ਸਟੇਸ਼ਨ ਵੱਲ ਅੱਗੇ ਆਪਣੇ ਟ੍ਰੇਨ ਵਾਸਤੇ ਫੜਨਗੇ। ਸੋ ਇਸ ਦੇ ਨਾਲ ਅੰਦਾਜ਼ ਸੀ ਕਿ ਲੁਧਿਆਣਾ ਦੇ ਢੰਡਾਰੀ ਕਲਾਂ ਸਟੇਸ਼ਨ ਨੂੰ ਵੀ ਥੋੜ੍ਹਾ ਅਪਗ੍ਰੇਡ ਕੀਤਾ ਜਾ ਰਿਹਾ, ਯਾਨੀ ਕਿ ਹੁਣ ਥੋੜ੍ਹਾ ਜਿਹਾ ਉਹਨੂੰ ਜਿਹੜੀ ਗੱਡੀਆਂ ਜਿਹੜੀ ਲੰਬੀ ਦੂਰ ਦੀ ਜਿਹੜੀ ਗੱਡੀਆਂ ਹੋਣਗੀਆਂ ਉੱਥੇ ਰੁਕਣਗੀਆਂ। ਉਹ ਗੱਡੀਆਂ ਜਿਹੜੀ ਹੈਗੀਆਂ ਤੁਹਾਨੂੰ ਦੱਸਦੀ ਹੈ ਕਿ ਜਿਹੜੀਆਂ ਬਿਹਾਰ ਯੂਪੀ ਤੋਂ ਆਉਂਦੀਆਂ ਗੱਡੀਆਂ ਹਿਮਗਿਰੀ ਐਕਸਪ੍ਰੈਸ ਹੈਗੀ ਹੈ, ਅੰਮ੍ਰਿਤਪਾਲੀ ਐਕਸਪ੍ਰੈਸ, ਇਸ ਦੇ ਨਾਲ ਹੀ ਜਨ ਸਧਾਰਨ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਅਰਚਨਾ ਐਕਸਪ੍ਰੈਸ, ਸਰਯੂ ਯਮੁਨਾ ਅਤੇ ਕੁਛ ਹੋਰ ਵੀ ਲੰਬੀ ਦੂਰੀ ਦੀਆਂ ਜਿਹੜੀ ਟ੍ਰੇਨਾਂ ਹੋਣਗੀਆਂ ਉਹ ਲੁਧਿਆਣਾ ਦੇ ਢੰਡਾਰੀ ਰੇਲਵੇ ਸਟੇਸ਼ਨ 'ਤੇ ਰੁਕਣਗੀਆਂ, ਕਿਉਂਕਿ ਉਸ ਰੇਲਵੇ ਸਟੇਸ਼ਨ ਦੇ ਉੱਪਰ ਜਿਹੜੀ ਬਿਹਾਰ ਯੂਪੀ ਦੇ ਲੋਕ ਆਉਂਦੇ ਉਹ ਉੱਥੇ ਉਹਨਾਂ ਨੂੰ ਰੋਕ ਦਿੱਤਾ ਜਾਵੇਗਾ ਤਾਂ ਕਿ ਉੱਥੇ ਜਿਹੜਾ ਸਟੋਪ ਹੀ ਬਣਾ ਦਿੱਤਾ ਜਾਵੇਗਾ। ਸੋ 40 ਮਹੀਨਿਆਂ ਦੇ ਅੰਦਰ ਜਿਹੜਾ 500 ਕਰੋੜ ਦਾ ਪ੍ਰੋਜੈਕਟ ਹੈਗਾ ਉਹ ਡੈਡੀਕੇਟ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਨੂੰ ਠੇਕਾ ਦਿੱਤਾ ਗਿਆ। 500 ਕਰੋੜ ਦਾ ਠੇਕਾ ਜਿਹੜਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਦਾ ਦਿੱਤਾ ਗਿਆ। ਸੋ ਆਉਣ ਵਾਲੇ ਸਮੇਂ 'ਚ ਯਾਨੀ ਕਿ ਤਕਰੀਬਨ 40 ਮਹੀਨਿਆਂ ਦੇ ਅੰਦਰ ਲੁਧਿਆਣਾ ਰੇਲਵੇ ਸਟੇਸ਼ਨ ਜਿਹੜਾ ਹੁਣ ਤੁਹਾਨੂੰ ਇੱਕ ਅਲੱਗ ਰੂਪ ਦੇ ਵਿੱਚ ਨਜ਼ਰ ਆਏਗਾ, ਜਿਸਦਾ ਕਿ ਤੁਸੀਂ ਏਅਰਪੋਰਟ ਤੋਂ ਵੀ ਜ਼ਿਆਦਾ ਵਿਦੇਸ਼ਾਂ ਦੇ ਏਅਰਪੋਰਟ ਹੁੰਦੇ ਉਸ ਤੋਂ ਵੀ ਤੁਹਾਨੂੰ ਵਧੀਆ ਲੁਧਿਆਣਾ ਰੇਲਵੇ ਸਟੇਸ਼ਨ ਦੇਖਣ ਨੂੰ ਮਿਲੇਗਾ। ਸੋ ਜਿਹੜੀਆਂ ਕੰਮ ਦੀ ਤਿਆਰੀਆਂ ਪੂਰੀਆਂ ਸ਼ੁਰੂ ਹੋ ਚੁੱਕੀਆਂ, ਤਾਂ 40 ਮਹੀਨੇ ਦੇ ਅੰਦਰ ਹੀ ਰੇਲਵੇ ਸਟੇਸ਼ਨ ਦਾ ਜਿਹੜਾ ਅਪਗ੍ਰੇਡ ਉਹ ਕੰਪਲੀਟ ਹੋ ਜਾਏਗਾ। ਸੋ ਕੰਪਨੀ ਜਿਹੜੇ ਪ੍ਰੋਜੈਕਟ ਹੈ ਉਹ ਪਿੱਛੇ ਲੱਗੀ ਹੋਈ ਦੇਖ ਸਕਦੇ ਤਸਵੀਰਾਂ, ਜਿਹੜੇ ਕੰਪਨੀ ਦੇ ਪ੍ਰੋਜੈਕਟ ਜਿਹੜੇ ਅਧਿਕਾਰੀ ਆ ਉਹ ਇੱਥੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈਗਾ ਔਰ ਬਕਾਇਦਾ ਜਿਹੜੀ ਇਹ ਐਂਟਰਸ ਇੱਥੇ ਬੰਦ ਹੋ ਜਾਏਗੀ। ਹੁਣ RMS ਰੇਲਵੇ ਮੇਲ ਸਰਵਿਸ ਵੱਲੋਂ ਐਂਟਰਸ ਹੋਊਗੀ ਹਰ ਯਾਤਰੀ ਦੀ, ਹਰ ਵਹੀਕਲ ਦੀ। ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਜਿਹੜਾ ਰੇਲਵੇ ਸਟੇਸ਼ਨ ਜਿਹੜਾ ਹੈਗਾ ਲੁਧਿਆਣੇ ਦਾ ਉਹ ਐਲੀਵੇਟਡ ਟਾਈਪ ਬਣੇਗਾ, ਯਾਨੀ ਕਿ ਐਲੀਵੇਟਡ ਐਂਟਰਸ ਹੋਊਗੀ, ਐਲੀਵੇਟਡ ਟਾਈਪ ਬਣੇਗੇ। ਦੋ ਤਰ੍ਹਾਂ ਐਲੀਵੇਟਡ ਹੋਣਗੇ, ਜਿੱਥੋਂ ਜਿਹੜੇ ਕਾਰਾਂ ਅਤੇ ਸਕੂਟਰ ਹੋਰ ਵੀ ਜਿਹੜੇ ਵਾਹਨ ਹੋਣਗੇ ਉਹ ਸਿੱਧੀ ਇੱਥੇ ਆ ਕੇ ਸਟੇਸ਼ਨ ਵੱਲ ਆਪਣੇ ਯਾਤਰੀਆਂ ਵੱਲ ਆਪਣੇ ਟਿਕਟਾਂ ਲੈਣ ਚੱਲਗੇ। ਤੋ ਕੰਪਨੀ ਜਿਹੜੇ ਪ੍ਰੋਜੈਕਟ ਇੱਥੇ ਸ਼ੁਰੂ ਹੋ ਚੁੱਕੇ, ਕੰਪਨੀ ਜਿਹੜੇ ਅਧਿਕਾਰੀ ਹੈਗੇ ਆ ਕੰਸਟਰਕਸ਼ਨ ਵਾਲੇ ਉਹ ਇੱਥੇ ਬਗੈਰ ਇੱਥੇ ਪਹੁੰਚ ਚੁੱਕੇ ਹੋਏ, ਕੰਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ। ਲੁਧਿਆਣਾ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਤਕਰੀਬਨ 40 ਮਹੀਨਿਆਂ ਦੇ ਅੰਦਰ ਇੱਕ ਅਪਗ੍ਰੇਡ ਹੋਣ ਜਾ ਰਿਹਾ, ਜਿਹੜਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਏਅਰਪੋਰਟ ਤੋਂ ਵੀ ਵਧੀਆ ਤੁਹਾਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੇਖਣ ਮਿਲੇਗਾ। ਤੋ ਡੈਡੀਕੇਟ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਨਾਮਕ ਕੰਪਨੀ ਹੈ ਜਿਹਨੂੰ ਇਸ ਠੇਕਾ ਦਿੱਤਾ ਗਿਆ ਅਪਗ੍ਰੇਡ ਦਾ, ਔਰ 500 ਕਰੋੜ ਦੀ ਲਾਗਤ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਹੁਣ ਅਪਗ੍ਰੇਡ ਹੋਣ ਜਾ ਰਿਹਾ।
ਸੋ ਲੁਧਿਆਣਾ ਵਾਸੀਆਂ ਅਤੇ ਪੂਰੇ ਪੰਜਾਬ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ, ਜਿਹੜਾ ਲੁਧਿਆਣਾ ਰੇਲਵੇ ਸਟੇਸ਼ਨ ਇੱਕ ਬਹੁਤ ਵਧੀਆ ਇੱਕ ਸਟੇਸ਼ਨ ਬਣਨ ਜਾ ਰਿਹਾ। ਕੈਮਰਾਮੈਨ ਸਨੀ ਵਟਨਾ, ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।